ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਦਲਜੀਤ ਸਿੰਘ ਅਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਆਇਲਟਸ ਰਾਈਟਿੰਗ ਦੀ। ਜੇਕਰ ਆਇਲਟਸ ਰਾਈਟਿੰਗ ਦੀ ਗੱਲ ਕਰਾਂ ਤਾਂ ਆਇਲਟਸ ਰਾਈਟਿੰਗ ਦੋ ਪਾਰਟਸ ਵਿੱਚ ਡਿਵਾਈਡ ਹੈ, ਅਕੈਡੈਮਿਕ ਅਤੇ ਜਨਰਲ। ਤੋ ਕੁਛ ਕੁ ਕੁਐਸਚਨ ਹੈ ਜੋ ਆਇਲਟਸ ਰਾਈਟਿੰਗ ਦੇ ਨਾਲ ਰਿਲੇਟਡ ਹੈ, ਉਹ ਹੈ ਹਾਊ ਲੌਂਗ ਇਜ਼ ਦਾ ਰਾਈਟਿੰਗ ਪੇਪਰ, ਰਾਈਟਿੰਗ ਪੇਪਰ ਦੀ ਲੈਂਥ ਕਿੰਨੀ ਹੁੰਦੀ ਹੈ। ਦਾ ਰਾਈਟਿੰਗ ਪੇਪਰ ਲਾਸਟ 1 ਆਵਰ 1 ਘੰਟੇ ਦਾ ਹੁੰਦਾ ਹੈ। ਵਿਦ ਇਨ ਦੈਟ ਟਾਈਮ ਯੂ ਮਸਟ ਕੰਪਲੀਟ 2 ਰਾਈਟਿੰਗ ਟਾਸਕ। ਰਾਈਟਿੰਗ ਟਾਸਕ 2 ਕੈਰੀਜ ਮੋਰ ਮਾਰਕਸ ਦੈਨ ਰਾਈਟਿੰਗ ਟਾਸਕ 1। ਦੋ ਤਰ੍ਹਾਂ ਦੇ ਟਾਸਕ ਹੁੰਦੇ, ਟਾਸਕ 1 ਤੇ ਟਾਸਕ 2। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਟਾਸਕ 2 ਹਮੇਸ਼ਾ ਜ਼ਿਆਦਾ ਸਕੋਰ ਦਾ ਹੁੰਦਾ। ਤੋ ਵਟ ਵਿਲ ਆਈ ਨੀਡ ਟੂ ਰਾਈਟ ਅਬਾਊਟ, ਮੈਨੂੰ ਕਿਸ ਚੀਜ਼ ਬਾਰੇ ਲਿਖਣਾ ਪੈਣਾ। ਦੇਰ ਆਰ 2 ਸੈਪਰੇਟ ਰਾਈਟਿੰਗ ਟੈਸਟ, 1 ਫਾਰ ਅਕੈਡੈਮਿਕ ਕੈਂਡੀਡੇਟਸ ਐਂਡ ਅਦਰ ਫਾਰ ਜਨਰਲ ਟ੍ਰੇਨਿੰਗ ਕੈਂਡੀਡੇਟਸ। ਇੱਕ ਅਕੈਡੈਮਿਕ ਕੈਂਡੀਡੇਟਸ ਲਈ ਹੁੰਦਾ, ਦੂਸਰਾ ਜਨਰਲ ਟ੍ਰੇਨਿੰਗ ਕੈਂਡੀਡੇਟਸ ਲਈ ਹੁੰਦਾ। ਬਿਫੋਰ ਇਨਰੋਲਿੰਗ ਯੂ ਨੀਡ ਟੂ ਡਿਸਾਈਡ ਵਿਚ ਟੈਸਟ ਇਜ਼ ਬੈਸਟ ਫਾਰ ਯੂ। ਤਾਂ ਇਹਦੇ ਲਈ ਤੁਸੀਂ ਵੈਬਸਾਈਟ IELTS.org, ਜਿਹੜੀ ਕਿ ਆਫਿਸ਼ੀਅਲ ਵੈਬਸਾਈਟ ਹੈ, ਉਹਦੇ 'ਤੇ ਜਾ ਸਕਦੇ ਹੋ ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਤੁਹਾਨੂੰ ਟੈਸਟ 'ਚ ਅਪੀਅਰ ਹੋਣ ਦੀ ਜ਼ਰੂਰਤ ਹੈਗੀ ਆ। ਤੋ ਨੈਕਸਟ ਆਪਾਂ ਗੱਲ ਕਰਦੇ ਟਾਸਕ 1, ਟਾਸਕ ਦੇ ਵਿੱਚ ਕੀ ਆਉਂਦਾ, ਟਾਸਕ 1 ਜਰਨਲ ਦੇ ਵਿੱਚ ਕੀ ਆਉਂਦਾ। ਜੇਕਰ ਮੈਂ ਗੱਲ ਕਰਾਂ ਪਹਿਲਾਂ ਟਾਸਕ 1, ਟਾਸਕ 1 ਅਕੈਡੈਮਿਕ ਰਾਈਟਿੰਗ ਦੇ ਵਿੱਚ ਆਪਣੇ ਕੋਲ ਟਾਈਮਿੰਗ ਜੋ ਹੈ 20 ਮਿੰਟਸ ਹੀ ਹੁੰਦੀ ਹੈ, ਜਿਹਦੇ ਵਿੱਚ ਕੀ ਇੱਕ ਵਿਜੁਅਲ ਇਨਫੋਰਮੇਸ਼ਨ, ਯਾਨੀ ਕਿ ਗ੍ਰਾਫ ਦੇ ਰੂਪ ਵਿੱਚ, ਜਿਵੇਂ ਡਾਇਗ੍ਰਾਮ, ਚਾਰਟ, ਗ੍ਰਾਫ ਔਰ ਟੇਬਲ, ਕੁਛ ਇਸ ਤਰ੍ਹਾਂ ਦਾ ਹੁੰਦਾ। ਔਰ ਜੇਕਰ ਮੈਂ ਗੱਲ ਕਰਾਂ ਟਾਸਕ 2 ਦੀ, ਜਿਹੜੇ ਕਿ 40 ਮਿੰਟਸ ਦਾ ਟਾਈਮ ਹੁੰਦਾ ਜਿਹਦੇ ਲਈ ਤੁਹਾਡੇ ਕੋਲ, ਔਰ ਤੁਸੀਂ ਜਾਂ ਤਾਂ ਐਸੇ ਲਿਖਣਾ ਹੁੰਦਾ ਜਿਹਦੇ 'ਚ ਕਿਸੇ ਤਰ੍ਹਾਂ ਦਾ ਸੋਲਿਊਸ਼ਨ ਪ੍ਰੋਵਾਈਡ ਕਰਨਾ ਹੁੰਦਾ, ਜਾਂ ਫਿਰ ਤੁਹਾਨੂੰ ਸੋਲਿਊਸ਼ਨ ਦਿੱਤਾ ਹੁੰਦਾ, ਇਵੈਲੂਏਟਿਵ ਪ੍ਰੋਬਲਮ, ਸੋਰੀ ਪ੍ਰੋਬਲਮ ਨੂੰ ਇਵੈਲੂਏਟ ਕਰਨਾ ਹੁੰਦਾ, ਪ੍ਰੋਬਲਮ ਦੱਸੀ ਹੋਈ ਹੈ ਤਾਂ ਉਹਦਾ ਸੋਲਿਊਸ਼ਨ ਫਾਇੰਡ ਆਊਟ ਕਰਨਾ ਹੁੰਦਾ, ਕੰਪੇਅਰ ਐਂਡ ਕੰਟਰਾਸਟ ਡਿਫਰੈਂਟ ਆਈਡੀਆਜ਼ ਔਰ ਓਪੀਨੀਅਨ, ਔਰ ਕਿਸੇ ਟੋਪਿਕ ਦੇ ਰਿਗਾਰਡਿੰਗ ਡਿਫਰੈਂਟ ਆਈਡੀਆਜ਼ ਕੰਟਰਾਸਟ ਦੇ, ਯਾਨੀ ਕਿ ਕੰਟਰੋਵਰਸ਼ੀਅਲ ਆਈਡੀਆਜ਼ ਦਿੱਤੇ ਹੁੰਦੇ, ਉਹਨਾਂ ਨੂੰ ਦੇਖਣਾ ਹੁੰਦਾ। ਐਂਡ ਦ ਲਾਸਟ ਵਨ ਇਜ਼ ਚੈਲੇਂਜ ਐਂਡ ਆਰਗੂਮੈਂਟ ਔਰ ਆਈਡੀਆ, ਇੱਕ ਆਰਗੂਮੈਂਟ ਦਿੱਤਾ ਹੁੰਦਾ, ਉਹਨੂੰ ਅਪੋਜ਼ ਜਾਂ ਸਪੋਰਟ ਕਰਨਾ ਹੁੰਦਾ। ਦੂਸਰੇ ਪਾਸੇ ਗੱਲ ਕਰਾਂ ਮੈਂ ਜਨਰਲ ਟ੍ਰੇਨਿੰਗ ਰਾਈਟਿੰਗ ਦੀ, ਇਹਦੇ 'ਚ ਫਸਟ ਟਾਸਕ ਲਈ ਤੁਹਾਨੂੰ 20 ਮਿੰਟਸ ਦਾ ਟਾਈਮ ਮਿਲਦਾ, ਜਿਵੇਂ ਕਿ ਅਕੈਡੈਮਿਕਸ ਵਿੱਚ ਮਿਲਦਾ। ਔਰ ਇਹਦੇ ਵਿੱਚ ਤੁਸੀਂ ਰਿਸਪੋਂਡ ਟੂ ਏ ਗਿਵਨ ਸਿਚੁਏਸ਼ਨ, ਇੱਕ ਲੈਟਰ ਹੁੰਦੀ ਹੈ ਜਿਹਦੇ ਲਈ ਤੁਸੀਂ ਲਾਈਕ ਜਿਹਦੀ ਇੱਕ ਰਿਕੁਐਸਟ ਲੈਟਰ ਹੋ ਸਕਦੀ ਹੈ, ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਦੇਣੀ ਹੋ ਸਕਦੀ ਹੈ, ਜਾਂ ਫਿਰ ਕਿਸੇ ਤਰ੍ਹਾਂ ਦੀ ਸਿਚੁਏਸ਼ਨ ਐਕਸਪਲੇਨ ਕਰਨੀ ਹੋ ਸਕਦੀ ਹੈ। ਔਰ ਟਾਸਕ 2 ਦੇ ਵਿੱਚ ਅਗੇਨ 40 ਮਿੰਟਸ ਦਾ ਟਾਈਮ ਹੁੰਦਾ, ਤਾਂ ਉਸੇ ਤਰ੍ਹਾਂ ਜਿਵੇਂ ਟਾਸਕ 2 ਅਕੈਡੈਮਿਕ ਰਾਈਟਿੰਗ ਦੇ ਵਿੱਚ ਸੀ, ਉਸੇ ਤਰ੍ਹਾਂ ਟਾਸਕ 2 ਤੁਹਾਡੇ ਕੋਲ ਜਨਰਲ ਰਾਈਟਿੰਗ ਦੇ ਵਿੱਚ ਹੈ। ਫਰਦਰ ਆਪਾਂ ਗੱਲ ਕਰਦੇ ਰਾਈਟਿੰਗ ਸਕਿੱਲਸ, ਹਾਊ ਇਜ਼ ਰਾਈਟਿੰਗ ਪੇਪਰ ਅਸੈਸਡ। ਇੱਕ ਇੱਦਾਂ ਦਾ ਲਾਈਕ ਪਹਿਲੂ ਹੈ ਜਿਹਦੇ 'ਚ ਬਹੁਤ ਘੱਟ ਰਾਈਟਰ ਨੇ ਡਿਸਕਸ ਕੀਤਾ, ਤਾਂ ਮੈਂ ਮਾਰਕਿੰਗ ਕ੍ਰਾਈਟੀਰੀਆ ਬਾਰੇ ਗੱਲ ਕਰੂੰਗਾ, ਕਿਉਂਕਿ ਰੀਡਿੰਗ ਲਿਸਟਿੰਗ ਦੇ ਵਿੱਚ ਤਾਂ ਤੁਹਾਨੂੰ ਪਤਾ ਕਿ 40 ਜੋ 20 ਆ ਰਹੇ ਆ, 40 ਜੋ 25 ਆ ਰਹੇ ਆ, ਤਾਂ ਇੰਨੇ ਸਕੋਰ ਬਣਨਗੇ। ਬਟ ਇਹਦੇ ਵਿੱਚ ਇੱਕ ਖਾਸ ਤੌਰ 'ਤੇ ਕ੍ਰਾਈਟੀਰੀਆ ਫੋਲੋ ਕਰਨਾ ਪੈਂਦਾ। ਟਾਸਕ 1 ਦੀ ਗੱਲ ਕਰਾਂ ਤਾਂ ਪਹਿਲੀ ਗੱਲ ਹੈਗੀ ਟਾਸਕ ਅਚੀਵਮੈਂਟ। ਟਾਸਕ ਅਚੀਵਮੈਂਟ ਮਤਲਬ ਕਿ ਡਿਡ ਯੂ ਆਨਸਰ ਦ ਕੁਐਸਚਨ ਫੁੱਲੀ ਐਂਡ ਰਾਈਟ 150 ਵਰਡਸ। ਜਿਵੇਂ ਕਿ ਪਹਿਲਾਂ ਦੱਸਿਆ ਕਿ ਟਾਸਕ 1 ਅਕੈਡਮਿਕ ਰਾਈਟਿੰਗ ਦੇ ਵਿੱਚ ਇੱਕ ਗ੍ਰਾਫ ਹੁੰਦਾ, ਤਾਂ ਉਹਦੇ 'ਚ ਤੁਸੀਂ ਇਹ ਦੇਖਣਾ ਕਿ ਤੁਸੀਂ ਕੀ ਸਾਰੇ ਕੁਐਸਚਨ ਦਾ ਆਨਸਰ 150 ਵਰਡਸ ਵਿੱਚ ਦਿੱਤਾ ਜਾਂ ਨਹੀਂ ਦਿੱਤਾ। ਦੂਸਰੇ ਪਾਸੇ ਟਾਸਕ 2 ਹੈ ਜਿਹਦੇ 'ਚ ਕਿ ਟਾਸਕ ਅਚੀਵਮੈਂਟ ਦੀ ਬਜਾਏ ਟਾਸਕ ਰਿਸਪੋਂਸ ਆਉਂਦਾ। ਟਾਸਕ ਅਚੀਵਮੈਂਟ ਔਰ ਟਾਸਕ ਰਿਸਪੋਂਸ ਦਾ ਫਰਕ ਕੀ ਹੈ? ਟਾਸਕ ਅਚੀਵਮੈਂਟ ਜੋ ਤੁਹਾਨੂੰ ਟਾਸਕ ਗ੍ਰਾਫ ਦਿੱਤਾ ਗਿਆ ਹੋਇਆ ਕਿ ਤੁਸੀਂ ਉਹਦੇ ਸਾਰੇ ਪਹਿਲੂਆਂ ਬਾਰੇ ਗੱਲ ਕੀਤੀ ਹੈ, ਔਰ ਇਹਦੇ ਤੁਹਾਨੂੰ ਕੋਈ ਆਪਣੇ ਵੱਲੋਂ ਆਈਡੀਆ ਦੇਣ ਦੀ ਜ਼ਰੂਰਤ ਨਹੀਂ ਹੈ। ਪਰ ਦੂਸਰੇ ਪਾਸੇ ਜੇਕਰ ਮੈਂ ਟਾਸਕ ਰਿਸਪੋਂਸ ਦੀ ਗੱਲ ਕਰਾਂ ਤਾਂ ਟਾਸਕ ਰਿਸਪੋਂਸ ਦੇ ਵਿੱਚ ਆ ਜਾਂਦੇ ਆ ਡਿਡ ਯੂ ਆਨਸਰ ਅਡਰੈਸ, ਡਿਡ ਯੂਰ ਆਨਸਰ ਅਡਰੈਸਿਸ ਆਲ ਆਫ ਦੈਟ ਪੁਆਇੰਟਸ ਟੂ ਦਾ ਕੁਐਸਚਨ। ਕਹਿਣ ਦਾ ਮਤਲਬ ਕਿ ਤੁਹਾਡੇ ਹਰੇਕ ਜੋ ਵੀ ਤੁਹਾਡੇ ਕੋਲ ਕੁਐਸਚਨ ਪੁੱਛਿਆ ਗਿਆ, ਡੂ ਯੂ ਐਗਰੀ ਔਰ ਡਿਸਐਗਰੀ, ਐਕਸਪਲੇਨ ਦਾ ਰੀਜ਼ਨ, ਕਿ ਤੁਸੀਂ ਉਹਨਾਂ ਸਾਰਿਆਂ ਦਾ ਆਨਸਰ ਦੇ ਰਹੇ ਹੋ। ਡਿਡ ਯੂ ਪ੍ਰੋਵਾਈਡ ਏ ਬੈਲੈਂਸਡ ਆਰਗੂਮੈਂਟ ਐਂਡ ਸਪੋਰਟ ਯੂਰ ਆਈਡੀਆਜ਼ ਵਿਦ ਐਵੀਡੈਂਸ ਐਂਡ ਐਗਜ਼ਾਮਪਲ, ਕੀ ਤੁਸੀਂ ਆਪਣੇ ਆਰਗੂਮੈਂਟਸ ਨੂੰ ਪ੍ਰੋਪਰਲੀ ਸਪੋਰਟ ਕੀਤਾ ਅਤੇ ਉਹਦੇ ਨਾਲ ਰਿਲੇਟਡ ਪ੍ਰੋਪਰਲੀ ਐਵੀਡੈਂਸ ਅਤੇ ਐਗਜ਼ਾਮਪਲਸ ਦਿੱਤੀਆਂ ਜਾਂ ਨਹੀਂ ਦਿੱਤੀਆਂ। ਫਿਰ ਅਵਰ ਆਲ ਆਫ ਯੂਰ ਆਈਡੀਆਜ਼ ਰੈਲੀਵੈਂਟ ਟੂ ਦਾ ਕੁਐਸਚਨ, ਕੀ ਜੋ ਤੁਸੀਂ ਆਈਡੀਆਜ਼ ਪ੍ਰਜੈਂਟ ਕੀਤੇ ਹੈ ਤੁਹਾਡੇ ਕੁਐਸਚਨ ਦੇ ਰਿਗਾਰਡਿੰਗ ਰੈਲੀਵੈਂਟ ਸੀ ਜਾਂ ਨਹੀਂ। ਡਿਡ ਯੂ ਰਾਈਟ 250 ਵਰਡਸ? ਹਾਂ, ਕੀ ਤੁਸੀਂ 250 ਵਰਡਸ ਐਟਲੀਸਟ ਲਿਖੇ? ਨੈਕਸਟ ਹੈ ਕੋਹਰੈਂਸ ਐਂਡ ਕੋਹੀਜਨ, ਜਿਹੜੇ ਕਿ ਦੋਨਾਂ ਲਈ ਸੇਮ ਹੈ, ਚਾਹੇ ਟਾਸਕ 1 ਹੈ ਚਾਹੇ ਟਾਸਕ 2 ਹੈ। ਕੋਹਰੈਂਸ ਐਂਡ ਕੋਹੀਜਨ ਵਿੱਚ ਕੀ ਆਉਂਦਾ? ਇਜ਼ ਯੂਰ ਰਾਈਟਿੰਗ ਐਸੇ ਟੂ ਅੰਡਰਸਟੈਂਡ, ਕੀ ਤੁਹਾਡਾ ਜਿਹੜਾ ਰਾਈਟਿੰਗ ਐਸੇ ਹੈ ਅੰਡਰਸਟੈਂਡੇਬਲ ਹੈ, ਪ੍ਰੋਪਰਲੀ ਅੰਡਰਸਟੈਂਡ ਸਮਝਣ ਆਉਣ ਵਾਲਾ ਹੈ ਜਾਂ ਨਹੀਂ? ਆਰ ਯੂਰ ਆਈਡੀਆਜ਼ ਵੈਲ ਔਰਗਨਾਈਜ਼ਡ ਐਂਡ ਕਲੀਅਰਲੀ ਲਿੰਕਡ, ਕੀ ਤੁਹਾਡਾ ਆਈਡੀਆਜ਼ ਜੋ ਹੈ
ਪ੍ਰੋਪਰਲੀ ਲਿੰਕ ਕੀਤਾ ਹੋਇਆ ਸੀ, ਯਾਨੀ ਕਿ ਇੱਕ ਆਈਡੀਆ ਦੂਸਰੇ ਆਈਡੀਆ ਨਾਲ ਪ੍ਰੋਪਰਲੀ ਲਿੰਕਡ ਹੁੰਦਾ ਸੀ। ਨੈਕਸਟ ਆ ਜਾਂਦਾ ਲੈਕਸੀਕਲ ਰਿਸੋਰਸਿਸ। ਲੈਕਸੀਕਲ ਰਿਸੋਰਸਿਸ ਵਿੱਚ ਆ ਜਾਂਦੇ ਡਿਡ ਯੂ ਯੂਜ਼ ਅ ਵਾਈਡ ਰੇਂਜ ਆਫ ਵੋਕੈਬਲਰੀ, ਕੀ ਤੁਸੀਂ ਵੋਕੈਬਲਰੀ ਪ੍ਰੋਪਰ ਰੇਂਜ ਦੇ ਵਿੱਚ ਯੂਜ਼ ਕੀਤੀ ਹੈ ਐਕੂਰੇਟਲੀ ਐਂਡ ਇਫੈਕਟਿਵਲੀ, ਜੋ ਤੁਹਾਡੀ ਵੋਕੈਬਲਰੀ ਦੀ ਰੇਂਜ ਹੈ ਉਹ ਕੀ ਪ੍ਰੋਪਰਲੀ ਸੀ ਜਾਂ ਨਹੀਂ। ਨੈਕਸਟ ਹੈ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ, ਡਿਡ ਯੂ ਯੂਜ਼ ਅ ਵਾਈਡ ਰੇਂਜ ਆਫ ਗ੍ਰਾਮੈਟੀਕਲ ਸਟਰਕਚਰ ਐਕੂਰੇਟਲੀ ਐਂਡ ਇਫੈਕਟਿਵਲੀ, ਕੀ ਤੁਸੀਂ ਆਪਣਾ ਜਿਹੜਾ ਗ੍ਰਾਮੈਟੀਕਲ ਸਟਰਕਚਰਸ ਹੈ ਉਹ ਪ੍ਰੋਪਰਲੀ ਤੇ ਇਫੈਕਟਿਵਲੀ ਯੂਜ਼ ਕੀਤਾ ਹੈ ਜਾਂ ਨਹੀਂ ਕੀਤਾ, ਇਹ ਗ੍ਰਾਮੈਟੀਕਲੀ ਰੇਂਜ ਐਂਡ ਐਕੂਰੇਸੀ ਦਾ ਪਾਰਟ ਹੈ। ਸੋ ਰਾਈਟਿੰਗ ਟਾਸਕ 2 ਇਜ਼ ਵਰਥ ਮੋਰ ਮਾਰਕਸ ਦੈਨ ਰਾਈਟਿੰਗ ਟਾਸਕ 1। The assessors will combine your two scores to obtain one final score. ਜੇ ਮੈਂ ਰਫਲੀ ਆਈਡੀਆ ਲਵਾਂ ਤਾਂ ਲਾਈਕ ਟਾਸਕ 2 ਜਿਹੜਾ ਹੈਗਾ 2/3 ਪੋਰਸ਼ਨ ਕੈਰੀ ਕਰਦਾ, ਟਾਸਕ 1 1/3 ਪੋਰਸ਼ਨ ਕੈਰੀ ਕਰਦਾ, ਤਾਂ ਆਬਵੀਅਸਲੀ ਜੋ ਇੱਕ ਐਗਜ਼ਾਮਿਨਰ ਹੈ ਜਾਂ ਜਿਹਨੂੰ ਆਪਾਂ ਅਸੈਸਰਸ ਕਿਹਾ ਇੱਥੇ, ਉਹ ਤੁਹਾਨੂੰ ਦੋਨਾਂ 'ਚੋਂ ਸਕੋਰ ਟੋਟਲ ਕਰਕੇ ਦੱਸਦਾ ਤੁਹਾਡੇ ਸਕੋਰ ਕਿੰਨੇ ਹੈਗੇ ਆ। ਨੈਕਸਟ ਕੁਸ਼ਚਨ ਹੈ ਹਾਊ ਕੈਨ ਆਈ ਇੰਪਰੂਵ ਮਾਈ ਰਾਈਟਿੰਗ ਪੇਪਰ ਸਕੋਰ। ਹਾਂ, ਯੂ ਕੈਨ ਇੰਪਰੂਵ ਯੋਰ ਸਕੋਰ ਬਾਈ ਮੇਕਿੰਗ ਸ਼ੋਰ ਯੂਰ ਆਨਸਰ ਈਚ ਕੁਸ਼ਚਨ ਫੁੱਲੀ ਐਂਡ ਰਿਮੈਂਬਰਿੰਗ ਦ ਟੈਸਟ ਟਿਪਸ ਇਨ ਦਾ ਇਨ ਦਿਸ ਯੂਨਿਟ, ਯਾਨੀ ਕਿ ਤੁਸੀਂ ਇਹ ਦੇਖਣਾ ਕਿ ਜਿਹੜਾ ਟੈਸਟ ਟਿਪਸ ਦਿੱਤੇ ਹੋਏ ਕਿ ਤੁਸੀਂ ਉਹਨਾਂ ਨੂੰ ਫੋਲੋ ਕਰਕੇ, ਜਾਂ ਫਿਰ ਉੱਪਰ ਜਿਹੜੇ ਕਿ ਆਪਾਂ ਲਾਈਕ ਦੇਖੇ ਚਾਰੋਂ ਪੈਰਾਮੀਟਰਸ ਦੇਖੇ ਆ ਮਾਰਕਿੰਗ ਸਿਸਟਮ ਦੇ, ਕੀ ਤੁਸੀਂ ਉਹਦੇ ਅਕੋਰਡਿੰਗ ਆਨਸਰ ਦਿੱਤਾ ਜਾਂ ਨਹੀਂ ਦਿੱਤਾ। ਯੂ ਦਾ ਰਾਈਟਿੰਗ ਯੂ ਨੀਡ ਟੂ ਪ੍ਰੈਕਟਿਸ ਇਨ ਆਰਡਰ ਟੂ ਅਚੀਵ ਯੋਰ ਬੈਸਟ ਸਕੋਰ, ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਨ ਦੀ ਜ਼ਰੂਰਤ ਹੈ ਬੈਸਟ ਸਕੋਰ ਲੈਣ ਦੀ। ਬਿਫੋਰ ਦ ਟੈਸਟ ਪ੍ਰੈਕਟਿਸ ਰਾਈਟਿੰਗ ਕੁਇਕਲੀ ਐਂਡ ਨੀਟਲੀ ਐਂਡ ਮੇਕ ਸ਼ੋਰ ਯੂ ਡੂ ਨਾਟ ਯੂਜ਼ ਬੁਲੇਟ ਪੁਆਇੰਟਸ, ਨੋਟਸ ਔਰ ਐਬਰੀਵੇਸ਼ਨਸ ਔਰ ਪ੍ਰਿਪੇਅਰਡ ਆਨਸਰ। ਹਾਂ, ਇਸ ਚੀਜ਼ ਦਾ ਧਿਆਨ ਰੱਖਣਾ, ਖਾਸ ਤੌਰ ਤੇ ਬੁਲੇਟਸ ਪੁਆਇੰਟ ਅਸੀਂ ਕੋਈ ਯੂਜ਼ ਨਹੀਂ ਕਰਨੇ, ਯਾਨੀ ਕਿ ਕਈ ਸਟੂਡੈਂਟ ਨੂੰ ਆਦਤ ਹੁੰਦੀ ਹੈ ਬੁਲੇਟ ਪੁਆਇੰਟ ਬਣਾ ਕੇ ਉਹਦੇ ਅੱਗੇ ਐਕਸਪਲੇਨ ਕਰਦੇ ਆ, ਜਾਂ ਫਿਰ ਕਿਸੇ ਤਰ੍ਹਾਂ ਦਾ ਨੋਟਸ ਨਹੀਂ ਹੋਣਾ ਚਾਹੀਦਾ, ਜਾਂ ਐਬਰੀਵੇਸ਼ਨ ਫਾਰਮ, ਐਬਰੀਵੇਸ਼ਨ ਫਾਰਮ ਸ਼ਾਰਟ ਫਾਰਮ ਜਿਵੇਂ ਕਿ PM ਹੈਗੀ ਹੈ ਸ਼ਾਰਟ ਫਾਰਮ ਪੋਸਟ ਮੈਰੀਡੀਅਨ ਦੀ, ਔਰ ਪ੍ਰਿਪੇਅਰਡ ਆਨਸਰ, ਕੋਈ ਵੀ ਰੱਟਿਆ ਰਟਾਇਆ ਤੁਹਾਡਾ ਆਨਸਰ ਨਹੀਂ ਹੋਣਾ ਚਾਹੀਦਾ। ਸਟੱਡਿੰਗ ਆਲ ਐਸਪੈਕਟ ਆਫ ਇੰਗਲਿਸ਼ ਇੰਕਲੂਡਸ ਵੋਕੈਬਲਰੀ ਐਂਡ ਗ੍ਰਾਮਰ ਵਿਲ ਆਲਸੋ ਹੈਲਪ ਇੰਪਰੂਵ ਯੋਰ ਸਕੋਰ। ਜੇਕਰ ਤੁਸੀਂ ਇੰਗਲਿਸ਼ ਦੇ ਸਾਰੇ ਐਸਪੈਕਟਸ ਪੜ੍ਹਦੇ ਹੋ, ਜਿਵੇਂ ਕਿ ਜਿਹਦੇ 'ਚ ਵੋਕੈਬਲਰੀ ਇੰਕਲੂਡ ਹੋ ਜਾਂਦਾ ਹੈ ਔਰ ਗ੍ਰਾਮਰ, ਇਹ ਦੋਨੋਂ ਚੀਜ਼ਾਂ ਤੁਸੀਂ ਪ੍ਰੋਪਰਲੀ ਪ੍ਰੈਕਟਿਸ ਕਰਦੇ ਹੋ ਤਾਂ ਤੁਸੀਂ ਅੱਛੇ ਸਕੋਰ ਅਚੀਵ ਕਰ ਸਕਦੇ ਸੀ ਅਚੀਵ ਕਰ ਸਕਦੇ ਹੋ ਸੋਰੀ। ਸੋ ਇਹ ਸੀ ਤੁਹਾਡੇ ਰਾਈਟਿੰਗ ਟਾਸਕ 1 ਦੇ ਰਿਗਾਰਡਿੰਗ ਜੋ ਕੁਛ ਇੰਟਰੋਡਕਸ਼ਨ ਸੀ। ਹਾਂ, ਤੋ ਲਾਸਟ ਤੇ ਮੈਂ ਇਹੀ ਕਹੂੰਗਾ, ਥੈਂਕਸ ਫੋਰ ਵਾਚਿੰਗ ਦਿਸ ਵੀਡੀਓ, ਅਤੇ ਜਿਸ ਤੇ ਵੀਡੀਓਜ਼ ਤੁਸੀਂ ਹੋਰ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੇਰੇ ਦਿੱਤੇ ਹੋਏ ਨੰਬਰ 9814927250 ਤੇ ਕੰਟੈਕਟ ਕਰੋ, ਆਪਣਾ ਨਾਮ ਲਿਖੋ, ਆਪਣੀ ਈਮੇਲ ਲੈ ਲਈ ਲਿਖੋ, ਆਪਣੀ ਪ੍ਰੋਬਲਮ, ਕੋਈ ਵੀ ਤੁਹਾਡੀ ਪ੍ਰੋਬਲਮ ਹੈ, ਚਾਹੇ ਉਹ ਰੀਡਿੰਗ 'ਚ ਹੈ, ਚਾਹੇ ਲਿਸਨਿੰਗ 'ਚ ਹੈ, ਰਾਈਟਿੰਗ ਜਾਂ ਸਪੀਕਿੰਗ ਵਿੱਚ ਹੈ, ਉਹ ਡਿਸਕਸ ਕਰੋ, ਸ਼ੇਅਰ ਕਰੋ। ਮੈਂ ਕੋਸ਼ਿਸ਼ ਕਰੂੰਗਾ ਉਸ 'ਤੇ ਇੱਕ ਵੀਡੀਓ ਬਣਾਉਣ ਦੀ। ਔਰ ਇਸ ਤਰ੍ਹਾਂ ਦੇ ਹੋਰ ਮਟੀਰੀਅਲ ਦੇ ਲਈ ਤੁਸੀਂ ਮੇਰੀ ਵੈਬਸਾਈਟ www.ielsdelhi.com ਤੇ ਵਿਜ਼ਿਟ ਕਰ ਸਕਦੇ ਹੋ। ਸੋ ਲਾਸਟ ਵਿੱਚ ਅਗੇਨ ਥੈਂਕਸ ਫੋਰ ਵਾਚਿੰਗ ਦਿਸ ਵੀਡੀਓ।